प्यारे विद्यार्थियों, स्वागत है तुहाडा मेरे यूट्यूब चैनल साहित्यक जानकारी ते। अज दी इस वीडियो विच आपां राम स्वरूप अणखी जी बारे विस्तार सहित पढ़ांगे। राम स्वरूप अणखी जी देखो साहित्य अकादमी इनाम जेतू पंजाबी साहित्यकार सन ते ओह कवि कहानीकार ते मुख तौर ते नावलकार सन। जन्म होया उन्हां दा 22 अगस्त 1932 नूं धौला जिला बरनाला दे विच। स्वर्गवास होए ओह 14 फरवरी 2010 नूं ते पेशा सीगा उन्हां दा अध्यापन ते नावलकार। पछाणे काम कीते जिहड़े उन्हां ने देखो कोठे खड़क सिंह नावल लिखिया। जीवन साथी उन्हां दे देखो शोभा अणखी। बच्चे 3 पुत्र ते 2 धीआं। धर्म सीगा उन्हां दा हिंदू पर ओह नास्तिक सीगे, ठीक है, रब नूं नहीं सी मानदे, हिंदू धर्म दे नाल पर रिलेटड सी ओह। माता पिता दा नाम सोधा, माता दा नाम ते इंदर राम, पिता जी दा नाम। बचपन दा नाम सीगा उन्हां दा सरूप लाल। अणखी ने अपने नावलां विच मालवे दी ठेठ बोली भाषा ते सभ्याचार दा चित्रण कीता है। 2009 विच इन्हां नूं करतार सिंह धालीवाल सन्मान समारोह विखे श्रेष्ठ साहित्यकार इनाम नाल सन्मानित कीता गया। ਤਾਂ ਦੇਖੋ ਪੁਰਾਣਾ ਬਚਪਨ ਦਾ ਨਾਮ ਉਹਨਾਂ ਦਾ ਸਰੂਪ ਲਾਲ ਸੀਗਾ ਅਤੇ ਅਣਖੀ ਉਹਨਾਂ ਦਾ ਨਾਮ ਕਹਿੰਦੇ ਇਸ ਤਰ੍ਹਾਂ ਪਿਆ ਵੀ ਜਦੋਂ ਉਹ ਹਜੇ 9ਵੀਂ ਜਮਾਤ ਦੇ ਵਿੱਚ ਪੜ੍ਹਦੇ ਸੀ ਤਾਂ ਉਹਨਾਂ ਨੇ ਇੱਕ ਰਸਾਲਾ ਕੱਢਣਾ ਸੀ ਅਣਖੀ ਨਾਮ ਦਾ, ਅਤੇ ਪਰ ਉਹ ਰਸਾਲਾ ਤਾਂ ਨਹੀਂ ਕੱਢਿਆ ਗਿਆ ਉਹਨਾਂ ਤੋਂ, ਅਤੇ ਪਰ ਉਹਨਾਂ ਦੇ ਨਾਮ ਦੇ ਪਿੱਛੇ ਅਣਖੀ ਲੱਗ ਗਿਆ ਅਤੇ ਉਹਨਾਂ ਨੇ ਆਪਣਾ ਨਾਮ ਰਾਮ ਸਰੂਪ ਅਣਖੀ ਰੱਖ ਲਿਆ। ਸਨਮਾਨ ਮਿਲੇ ਜਿਹੜੇ ਜਿਹੜੇ ਉਹਨਾਂ ਨੂੰ ਦੇਖੋ ਸਾਹਿਤ ਅਕਾਦਮੀ ਪੁਰਸਕਾਰ ਕੋਠੇ ਖੜਕ ਸਿੰਘ ਨਾਵਲ 1987 ਦੇ ਵਿੱਚ ਮਿਲਿਆ। ਭਾਸ਼ਾ ਵਿਭਾਗ ਸਨਮਾਨ ਮਿਲਿਆ। ਬਲਰਾਜ ਸਾਨੀ ਅਵਾਰਡ 1983 ਦੇ ਵਿੱਚ। ਭਾਰਤੀ ਭਾਸ਼ਾ ਪ੍ਰੀਸ਼ਦ 1990 'ਚ। ਕਰਤਾਰ ਸਿੰਘ ਧਾਲੀਵਾਲ ਅਵਾਰਡ 1992 'ਚ। ਬਾਬਾ ਫਰੀਦ ਅਵਾਰਡ 1993 'ਚ। ਸਰਵਸ੍ਰੇਸ਼ਠ ਸਾਹਿਤਕਾਰ ਅਵਾਰਡ ਮਿਲਿਆ ਉਹਨਾਂ ਨੂੰ 2009 'ਚ। ਅਤੇ ਰਚਨਾਵਾਂ ਦੇਖੋ ਉਹਨਾਂ ਦੀਆਂ, ਪਹਿਲਾਂ ਕਵਿਤਾ ਮਟਕ ਚਾਨਣਾ 1957 ਦੇ ਵਿੱਚ ਪ੍ਰਕਾਸ਼ਿਤ ਹੋਈ ਅਤੇ ਮੇਰੇ ਕਮਰੇ ਦਾ ਸੂਰਜ 1966 ਦੇ ਵਿੱਚ। ਅਤੇ ਇਸ ਤੋਂ ਬਾਅਦ 'ਚ ਆ ਗਏ ਉਹਨਾਂ ਦੇ ਨਾਵਲ। ਪਰਦਾ ਅਤੇ ਰੌਸ਼ਨੀ 1970 'ਚ ਪ੍ਰਕਾਸ਼ਿਤ ਹੋਇਆ। ਸੁਲਗਦੀ ਰਾਤ 1978 'ਚ। ਪ੍ਰਤਾਪੀ, ਦੁੱਲੇ ਦੀ ਢਾਬ, ਕੋਠੇ ਖੜਕ ਸਿੰਘ, ਭੀਮਾ, ਜ਼ਮੀਨਾਂ ਵਾਲੇ, ਢਿੱਡ ਦੀ ਆਂਦਰ, ਸਰਦਾਰੋ, ਹਮੀਰਗੜ੍ਹ, ਜੱਸੀ ਸਰਪੰਚ, ਅੱਛਰਾ ਦਾਂਦੂ, ਸਲਫਾਸ, ਜ਼ਖਮੀ ਅਤੀਤ, ਕੱਖਾਂ ਕਾਨਿਆਂ ਦੇ ਪੁੱਲ, ਜਿਨਸਿਰ ਸੋਹਿਨ ਪੱਟੀਆਂ, ਕਣਕਾਂ ਦਾ ਕਤਲਾਮ, ਬਸ ਹੋਰ ਨਹੀਂ ਅਤੇ ਗੇਲੋ। ਕਹਾਣੀ ਸੰਗ੍ਰਹਿ ਦੇਖੋ ਸੁੱਤਾ ਨਾਗ 1966 'ਚ ਪ੍ਰਕਾਸ਼ਿਤ ਹੋਇਆ। ਕੱਚਾ ਧਾਗਾ 1967 'ਚ। ਮਨੁੱਖ ਦੀ ਮੌਤ 1968 'ਚ। ਟੀਸੀ ਦਾ ਬੇਰ 1970 'ਚ। ਖਾਰਾ ਦੁੱਧ 1973 'ਚ। ਕੈਦਨ, ਅੱਧਾ ਆਦਮੀ 1977 'ਚ। ਕਦੋਂ ਫਿਰਨਗੇ ਦਿਨ 1985 'ਚ। ਕਿੱਧਰ ਜਾਵਾਂ 1992 'ਚ। ਛੱਡ ਕੇ ਨਾ ਜਾ 1994 'ਚ। ਮਿੱਟੀ ਦੀ ਜਾਤ 1999 'ਚ। ਹੱਡੀਆਂ 1991 'ਚ। ਸਵਾਲ ਦਰ ਸਵਾਲ ਅਤੇ ਚਿੱਟੀ ਕਬੂਤਰੀ, ਇਹ ਉਹਨਾਂ ਦੇ ਕਹਾਣੀ ਸੰਗ੍ਰਹਿ ਆ। ਵਾਰਤਕ ਦੇਖੋ ਕਿਵੇਂ ਲੱਗਿਆ ਇੰਗਲੈਂਡ ਸਫ਼ਰਨਾਮਾ ਉਹਨਾਂ ਦਾ। ਅਤੇ ਮੱਲੇ ਝਾੜੀਆਂ ਸਵੈ ਜੀਵਨੀ ਹੈ ਅਤੇ ਆਪਣੀ ਮਿੱਟੀ ਦੇ ਰੁੱਖ ਵੀ ਉਹਨਾਂ ਦੀ ਸਵੈ ਜੀਵਨੀ ਹੈ। ਅੱਗੇ ਦੇਖੋ ਰਾਮ ਸਰੂਪ ਅਣਖੀ ਦੇ ਪ੍ਰਮੁੱਖ ਨਾਵਲਾਂ ਬਾਰੇ ਜਾਣਕਾਰੀ। ਸਭ ਤੋਂ ਪਹਿਲਾਂ ਹੈਗਾ ਦੇਖੋ ਜਿਵੇਂ ਪਰਦਾ ਅਤੇ ਰੌਸ਼ਨੀ, ਇਹ ਨਾਵਲ ਆ ਉਹਨਾਂ ਦਾ। ਇਸ ਨਾਵਲ ਵਿੱਚ ਉਹਨਾਂ ਨੇ ਇੱਕ ਖਾਂਦੇ ਪੀਂਦੇ ਜ਼ਿਮੀਦਾਰ ਦੇ ਵਿਚਾਰ ਅਤੇ ਖਲਨਾਇਕੀ ਕਿਰਦਾਰ ਬਾਰੇ ਰੌਸ਼ਨੀ ਪਾਈ ਹੈ। ਸੁਲਗਦੀ ਰਾਤ ਦੇਖੋ ਇਸ ਨਾਵਲ 'ਤੇ 1979 ਵਿੱਚ ਉਹਨਾਂ ਨੂੰ ਭਾਸ਼ਾ ਵਿਭਾਗ ਦਾ ਪੁਰਸਕਾਰ ਮਿਲਿਆ। ਅਤੇ ਇਸ ਨਾਵਲ ਦਾ ਸਮੁੱਚਾ ਦੁਖਾਂਤ ਹੈ ਜਿਹੜਾ ਉਹ ਜ਼ਮੀਨ ਦੀ ਮਾਲਕੀ ਦੁਆਲੇ ਘੁੰਮਦਾ ਅਤੇ ਪਿੰਡਾਂ ਵਿੱਚ ਵਿਅਕਤੀ ਜਾਂ ਧੜੇਬੰਦੀ ਦਾ ਜੋ ਵੀ ਸੰਘਰਸ਼ ਚੱਲਦਾ ਉਹ ਜ਼ਮੀਨ ਦੀ ਮਾਲਕੀ ਹਥਿਆਉਣ 'ਤੇ ਹੀ ਹੈ। ਅਤੇ ਜ਼ਮੀਨ ਜੱਟ ਦੀ ਜਾਨ ਹੈ ਅਤੇ ਇਸ ਬਦਲੇ ਜੱਟ ਗੂੜੇ ਰਿਸ਼ਤਿਆਂ ਤੋਂ ਵੀ ਬੇਮੁੱਖ ਹੋ ਜਾਂਦਾ ਹੈ। ਸੁਲਗਦੀ ਰਾਤ ਦੇ ਵਿੱਚ ਉਹਨਾਂ ਨੇ ਇਹ ਬਿਆਨ ਕੀਤਾ। ਅੱਗੇ ਆ ਗਿਆ ਦੇਖੋ ਉਹਨਾਂ ਦਾ ਨਾਵਲ ਜ਼ਖਮੀ ਅਤੀਤ। ਇਹਦੇ ਵਿੱਚ ਦੇਖੋ ਸਮਾਜਿਕ ਰਿਸ਼ਤਿਆਂ ਵਿੱਚੋਂ ਸਭ ਤੋਂ ਬੁਨਿਆਦੀ ਰਿਸ਼ਤਾ ਇਸਤਰੀ ਮਰਦ ਦਾ ਹੈ ਜੋ ਸਾਡੇ ਸਮਾਜ ਵਿੱਚ ਮੁੱਖ ਤੌਰ 'ਤੇ ਪਤੀ ਪਤਨੀ ਦੇ ਪਰਿਵਾਰਕ ਸੰਬੰਧ ਦੇ ਰੂਪ ਵਿੱਚ ਵਿਚਰਦਾ। ਅਤੇ ਇਹਨਾਂ ਦਾ ਇਹ ਤੀਜਾ ਨਾਵਲ ਜਿਹੜਾ ਜ਼ਖਮੀ ਅਤੀਤ ਇਸੇ ਬੁਨਿਆਦੀ ਰਿਸ਼ਤੇ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ। ਕੱਖਾਂ ਕਾਨਿਆਂ ਦੇ ਪੁੱਲ, ਇਸ ਵਿੱਚ ਦਰਮਿਆਨੇ ਤਬਕੇ ਦੇ ਇੱਕ ਦਲਿੱਦਰੀ ਵਿਅਕਤੀ ਦੇ ਦੋ ਫਾੜ ਅਸਲੇ ਵਿੱਚੋਂ ਉਪਜੇ ਦੂਜੇ ਵਿਆਹ ਦੇ ਦੁਖਾਂਤ ਦਾ ਚਿਤਰਨ ਹੈ ਅਤੇ ਉਸਦੇ ਦੂਜੇ ਵਿਆਹ ਦੀ ਕਾਮਨਾ ਦੀ ਜੜ੍ਹ ਉਸ ਦੀਆਂ ਜਿਨਸੀ ਲੋੜਾਂ ਵਿੱਚ ਹੈ।
ਪਰ ਜਦੋਂ ਇਸ ਨੂੰ ਇੱਕ ਪਾਸੇ ਪਰਿਵਾਰਕ ਤੇ ਸਮਾਜਿਕ ਲੋੜ ਬਣਾ ਕੇ ਪੇਸ਼ ਕਰਦਾ ਤੇ ਦੂਜੇ ਪਾਸੇ ਕੀ ਹੈ ਇਸ ਦਾ ਬਦਲ ਅਫਲਾਤੂਨੀ ਪਿਆਰ ਵਿੱਚ ਲੱਭਦਾ ਤੇ ਦੋਹਾਂ ਦੀ ਹਾਲਤ ਵਿੱਚ ਉਸ ਨੂੰ ਨਿਸਫਲਤਾ ਦਾ ਦੁਖਾਂਤ ਭੋਗਣਾ ਪੈਂਦਾ। ਅੱਗੇ ਹੈਗਾ ਢਿੱਡ ਦੀ ਆਂਦਰ 1987 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹਨਾਂ ਦਾ ਇਹ ਨਾਵਲ ਜੋ ਪੇਂਡੂ ਜੀਵਨ ਦੇ ਯਥਾਰਥ ਨੂੰ ਬਿਆਨ ਕਰਦਾ। ਜਿਨ ਸਿਰ ਸੋਹਿਨ ਪੱਟੀਆਂ ਇਹ ਨਾਵਲ ਦੇਖੋ 1988 ਦੇ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਪੰਜਾਬ ਦੇ ਹਾਲਾਤ ਛੇਤੀ ਖਰਾਬ ਹੋ ਜਾਣ ਕਰਕੇ ਸੋਚਣਾ ਪੈ ਰਿਹਾ ਹੈ ਕਿ ਪੰਜਾਬ ਨੇ ਕੀ ਦੀ ਕੀ ਕਰਵਟ ਲੈ ਲਈ ਹੈ। ਜਿਨ ਸਿਰ ਸੋਹਿਨ ਪੱਟੀਆਂ ਇਸ ਅਣਸੁਖਾਮੀ ਕਰਵਟ ਦਾ ਲੇਖਾ ਜੋਖ ਹੈ। ਅੱਗੇ ਹੈਗਾ ਕੋਠੇ ਖੜਕ ਸਿੰਘ ਨਾਵਲ। ਨਾਵਲਾਂ ਦੀ ਇਤਿਹਾਸਿਕ ਤਰਤੀਬ ਅਨੁਸਾਰ ਉਹਨਾਂ ਦਾ ਇਹ ਪੰਜਵਾਂ ਨਾਵਲ ਹੈ, ਜਦਕਿ ਗਿਣਤੀ ਦੇ ਪੱਖੋਂ ਇਹ ਸੱਤਵਾਂ ਨਾਵਲ ਹੈ। ਅਤੇ ਇਸ ਨਾਵਲ ਉੱਪਰ ਉਹਨਾਂ ਨੂੰ ਦੋ ਪੁਰਸਕਾਰ, ਇੱਕ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ 1986 ਵਿੱਚ ਕੋਠੇ ਖੜਕ ਸਿੰਘ ਨਾਵਲ 'ਤੇ ਉਹਨਾਂ ਨੂੰ ਦੋ ਪੁਰਸਕਾਰ ਮਿਲੇ ਆ, ਇੱਕ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ 1986 ਦੇ ਵਿੱਚ 1100 ਰੁਪਏ ਦਾ, 1986 'ਚ 1100 ਰੁਪਏ, ਠੀਕ ਹੈ, ਇਹ ਇਨਾਮ ਮਿਲਿਆ ਉਹਨਾਂ ਨੂੰ, ਜਿਹੜਾ ਕਿ ਜਿਹਦਾ ਨਾਮ ਸੀ ਭਾਈ ਵੀਰ ਸਿੰਘ ਗਲਪ ਪੁਰਸਕਾਰ, ਅਤੇ ਦੂਜਾ ਸਾਹਿਤ ਅਕਾਦਮੀ ਵੱਲੋਂ 1987 ਦੇ ਵਿੱਚ 10,000 ਰੁਪਏ ਦਾ ਪੁਰਸਕਾਰ ਮਿਲਿਆ। ਇਹ ਤਾਂ 1100 ਰੁਪਏ ਦਾ, ਅਤੇ 1987 ਦੇ ਵਿੱਚ ਉਹਨਾਂ ਨੂੰ ਮਿਲਿਆ 10,000 ਰੁਪਏ ਦਾ, ਠੀਕ ਹੈ, ਪੁਰਸਕਾਰ। ਇਦੋਂ ਅੱਗੇ ਆ ਗਿਆ ਪ੍ਰਤਾਪੀ ਨਾਵਲ ਉਹਨਾਂ ਦਾ, ਇਹ 1996 ਦੇ ਵਿੱਚ ਲਿਖਿਆ, ਅਤੇ ਕੋਠੇ ਖੜਕ ਸਿੰਘ ਤੋਂ ਬਾਅਦ ਇਹਨਾਂ ਦਾ ਵੱਡਕਾਰੀ ਨਾਵਲ ਸੀਗਾ ਇਹ ਪ੍ਰਤਾਪੀ, ਬਹੁਤ ਵੱਡਾ ਨਾਵਲ। ਇਸ ਨਾਵਲ ਵਿੱਚ ਵੀ ਕਿਸਾਨੀ ਦੀਆਂ ਮੁੱਖ ਸਮੱਸਿਆਵਾਂ ਨੂੰ ਲੈ ਕੇ ਇਸ ਨੂੰ ਜ਼ਮੀਨ ਦੇ ਮੋਹ ਵਿੱਚ ਕੇਂਦਰਿਤ ਕੀਤਾ ਗਿਆ। ਅਤੇ ਇਸੇ ਤਰ੍ਹਾਂ ਹੀ ਪ੍ਰਤਾਪੀ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਜੀਵਨ ਦੇ ਬਦਲਦੇ ਮੁੱਲ ਪ੍ਰਬੰਧਾਂ ਅਤੇ ਇਹਨਾਂ ਬਦਲਦੇ ਮੁੱਲ ਪ੍ਰਬੰਧਾਂ ਅਧੀਨ ਬਦਲਦੇ ਮਨੁੱਖੀ ਪਾਤਰਾਂ ਦੀ ਮਾਨਸਿਕਤਾ ਨੂੰ ਬਿਆਨ ਕਰਦੀ ਦਸਤਾਵੇਜ਼ ਨਾਵਲ ਹੈ ਉਹਨਾਂ ਦੀ। ਅਤੇ ਦੁੱਲੇ ਦੀ ਢਾਬ ਦੇਖੋ, ਇਹ ਇੱਕ ਮਹਾਂਕਾਵਿਕ ਨਾਵਲ ਹੈ ਜਿਸ ਦੇ 5 ਭਾਗ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਦੇਖੋ ਸਰਦਾਰੋ, ਹਮੀਰਗੜ੍ਹ, ਜੱਸੀ ਸਰਪੰਚ, ਅੱਛਰਾ ਦਾਂਦੂ ਅਤੇ ਸਲਫਾਸ। ਅਤੇ ਇਹਨਾਂ ਦੇ ਹੋਰ ਨਾਵਲਾਂ ਵਾਂਗ ਇਸ ਨਾਵਲ ਵਿੱਚ ਵੀ ਜ਼ਮੀਨ ਅਤੇ ਔਰਤ ਦੇ ਥੀਮਕ ਮੋਟਿਵ ਕੇਂਦਰ ਵਿੱਚ ਰੱਖ ਕੇ ਨਾਵਲ ਦੀ ਸਿਰਜਣਾ ਕੀਤੀ ਗਈ ਹੈ। ਅਤੇ ਇਹ ਸੀ ਰਾਮ ਸਰੂਪ ਅਣਖੀ ਬਾਰੇ ਜਾਣਕਾਰੀ। ਉਹਨਾਂ ਬਾਰੇ ਧਿਆਨ ਨਾਲ ਵੀਡੀਓ ਨੂੰ ਦੇਖੋ ਅਤੇ ਯਾਦ ਕਰੋ, ਅਤੇ ਜੇ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।